ਦੋਸਤੋ ਡਾਕਟਰ APJ ਅਬਦੁਲ ਕਲਾਮ ਸਦਾ ਆਖਦੇ ਹੁੰਦੇ ਸੀ ਕਿ ਅਗਰ ਤੁਸੀਂ ਆਪਣੇ ਭਵਿੱਖ ਨੂੰ ਸੋਹਣਾ ਬਣਾਉਣਾ ਚਾਹੁੰਦੇ ਹੋ ਤਾਂ ਆਪਣੀਆਂ ਅੱਜ ਦੀਆਂ ਆਦਤਾਂ ਨੂੰ ਸੋਹਣਾ ਬਣਾ ਲਵੋ ਕਿਉਂਕਿ ਤੁਹਾਡੀਆਂ ਅੱਜ ਦੀਆਂ ਆਦਤਾਂ ਹੀ ਤੁਹਾਡੇ ਆਉਣ ਵਾਲੇ ਕੱਲ੍ਹ ਦਾ ਨਿਰਣਾ ਕਰਨਗੀਆਂ ਕਿ ਤੁਹਾਡਾ ਕੱਲ੍ਹ ਕਿਵੇਂ ਦਾ ਹੋਵੇਗਾ ਤਾਂ ਚਲੋ ਫਿਰ ਅੱਜ ਦੀ ਵੀਡੀਓ ਦੇ ਵਿੱਚ ਦੇਖਦੇ ਹਾਂ ਕਿ ਕਰੋੜਾਂ 'ਚ ਖੇਡਣ ਵਾਲੇ ਲੋਕਾਂ ਦੀਆਂ ਆਦਤਾਂ 'ਚ ਅਜਿਹਾ ਕੀ ਹੁੰਦਾ ਹੈ ਕਿ ਉਹ ਆਮ ਲੋਕਾਂ ਤੋਂ ਵੱਖਰੇ ਹੁੰਦੇ ਨੇ ਅਤੇ ਆਮ ਲੋਕਾਂ ਤੋਂ ਬਹੁਤ ਉੱਪਰ ਲੰਘ ਜਾਂਦੇ ਨੇ ਦੋਸਤੋ ਪਹਿਲੀ ਆਦਤ ਜਿਸ ਦੇ ਬਾਰੇ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਨੀ ਹੈ ਉਹ ਹੈ ਡੂ ਮੋਰ ਟੋਕ ਲੈਸ ਜਾਣੀ ਕਿ ਕਰੋ ਜ਼ਿਆਦਾ ਅਤੇ ਬੋਲੋ ਘੱਟ ਅੰਗਰੇਜ਼ੀ ਦਾ ਇੱਕ ਵਿਚਾਰ ਹੈ ਵਰਕ ਹਾਰਡ ਇਨ ਸਾਇਲੈਂਸ ਲੈਟ ਯੂਅਰ ਸਕਸੈਸ ਮੇਕ ਨੋਇਸ ਮਿਹਨਤ ਨੂੰ ਇੰਨਾ ਚੁੱਪ ਚਾਪ ਕਰੋ ਕਿ ਤੁਹਾਡੀ ਕਾਮਯਾਬੀ ਆਪਣੇ ਆਪ ਰੌਲਾ ਪਾ ਦੇਵੇ ਤੁਹਾਨੂੰ ਕਿਸੇ ਨੂੰ ਕੁਝ ਵੀ ਕਹਿਣ ਦੀ ਜ਼ਰੂਰਤ ਨਹੀਂ ਕਿਉਂਕਿ ਤੁਹਾਡੀ ਮਿਹਨਤ ਦੇ ਨਤੀਜੇ ਨੇ ਆਪਣੇ ਆਪ ਇੱਕ ਦਿਨ ਅਜਿਹਾ ਰੌਲਾ ਪਾਉਣਾ ਹੈ ਕਿ ਹਰ ਪਾਸੇ ਤੁਹਾਡੀ ਹੀ ਗੱਲ ਹੋਵੇਗੀ ਦੁਨੀਆ ਦੇ ਸਭ ਤੋਂ ਵੱਧ ਕਾਮਯਾਬ ਲੋਕ ਕਦੇ ਵੀ ਉਹਨਾਂ ਨੇ ਕੀ ਕਰਨਾ ਹੈ ਇਸ ਬਾਰੇ ਗੱਲ ਨਹੀਂ ਕਰਦੇ ਉਹ ਬਸ ਆਪਣਾ ਕੰਮ ਕਰ ਦਿੰਦੇ ਨੇ ਅਤੇ ਉਹਨਾਂ ਦੇ ਕੰਮ ਦੀਆਂ ਗੱਲਾਂ ਹਰ ਕੋਈ ਆਪਣੇ ਆਪ ਕਰਨ ਲੱਗ ਜਾਂਦਾ ਹੈ ਇਸ ਲਈ ਦੋਸਤੋ ਤੁਹਾਨੂੰ ਵੀ ਕਿਸੇ ਨੂੰ ਕੁਝ ਵੀ ਬੋਲਣ ਦੀ ਜ਼ਰੂਰਤ ਨਹੀਂ ਤੁਹਾਨੂੰ ਜ਼ਰੂਰਤ ਹੈ ਤਾਂ ਸਿਰਫ ਅਤੇ ਸਿਰਫ ਆਪਣੇ ਕੰਮ 'ਚ ਧਿਆਨ ਲਗਾਉਣ ਦੀ ਸਭ ਧਾਰਮਿਕ ਗ੍ਰੰਥ ਵੀ ਸਾਨੂੰ ਕਰਮ ਕਰਨ ਦੀ ਸੇਧ ਦਿੰਦੇ ਨੇ ਕਿਉਂਕਿ ਸਾਡਾ ਫਰਜ਼ ਕਰਮ ਕਰਨ ਦਾ ਹੈ ਦੋਸਤੋ ਦੂਸਰੀ ਆਦਤ ਹੈ ਦੇ ਯੂਜ਼ ਦੇਅਰ ਟਾਈਮ ਪ੍ਰੋਪਰਲੀ ਉਹ ਆਪਣੇ ਸਮੇਂ ਦਾ ਸਦਾ ਸਦ ਉਪਯੋਗ ਕਰਦੇ ਹਨ ਮਾਰਕ ਜ਼ਕਰਬਰਗ ਬਾਰੇ ਤਾਂ ਤੁਸੀਂ ਜਾਣਦੇ ਹੀ ਹੋਵੋਗੇ ਮਾਰਕ ਜ਼ਕਰਬਰਗ ਕੋਲ ਇੰਨਾ ਪੈਸਾ ਹੈ ਕਿ ਉਹ ਚਾਹੁਣ ਤਾਂ ਦੁਨੀਆ ਦੀ ਕਿਸੇ ਵੀ ਚੀਜ਼ ਨੂੰ ਖਰੀਦ ਸਕਦੇ ਹਨ ਪਰ ਫਿਰ ਵੀ ਉਹ ਰੋਜ਼ਾਨਾ ਇੱਕੋ ਤਰ੍ਹਾਂ ਦੇ ਕੱਪੜੇ ਪਾਉਂਦੇ ਹਨ ਉਹਨਾਂ ਨੂੰ ਇੱਕ ਵਾਰ ਇੰਟਰਵਿਊ 'ਚ ਇਸ ਬਾਰੇ ਪੁੱਛਿਆ ਵੀ ਗਿਆ ਸੀ ਤਾਂ ਉਹਨਾਂ ਨੇ ਇਸ ਦਾ ਜਵਾਬ ਇਹ ਦਿੱਤਾ ਕਿ ਮੇਰੇ ਕੋਲ ਕਰੋੜਾਂ ਲੋਕਾਂ ਦੀ ਕਮਿਊਨਿਟੀ ਹੈ ਮੇਰੇ ਕੋਲ ਇਸ ਕਮਿਊਨਿਟੀ ਲਈ ਕਰਨ ਲਈ ਕਈ ਕੰਮ ਨੇ ਫਿਰ ਮੈਂ ਆਪਣਾ ਸਮਾਂ ਆਪਣੇ ਕੰਮ 'ਚ ਨਾ ਲਗਾ ਕੇ ਰੋਜ਼ ਪਾਉਣ ਲਈ ਕੱਪੜੇ ਸਿਲੈਕਟ ਕਰਨ 'ਚ ਕਿਉਂ ਬਰਬਾਦ ਕਰਾਂ ਕਿਉਂਕਿ ਰੋਜ਼ ਕਿਹੜਾ ਕੱਪੜਾ ਪਾਇਆ ਜਾਵੇ ਇਹ ਸਿਲੈਕਟ ਕਰਨ 'ਚ ਵੀ ਬਹੁਤ ਸਮਾਂ ਬਰਬਾਦ ਹੁੰਦਾ ਹੈ ਤਾਂ ਹੁਣ ਆਪਾਂ ਦੇਖ ਹੀ ਸਕਦੇ ਹਾਂ ਕਿ ਇਹ ਆਪਣੇ ਇੱਕ ਇੱਕ ਮਿੰਟ ਨੂੰ ਲੈ ਕੇ ਕਿੰਨੇ ਸੁਚੇਤ ਰਹਿੰਦੇ ਨੇ ਅਤੇ ਆਮ ਬੰਦਾ ਘੰਟੇ ਘੰਟੇ ਨੂੰ ਵੀ ਲੈ ਕੇ ਪਰਵਾਹ ਨਹੀਂ ਕਰਦਾ ਆਪਾਂ ਘੰਟੇ ਹਫ਼ਤੇ ਮਹੀਨੇ ਵੈਸੇ ਹੀ ਬਰਬਾਦ ਕਰ ਦਿੰਦੇ ਹਾਂ ਕੁਝ ਕੁ ਲੋਕ ਤਾਂ ਆਪਣੀ ਸਾਰੀ ਉਮਰ ਹੀ ਸਮਾਂ ਬਰਬਾਦ ਕਰਨ 'ਚ ਕੱਢ ਦਿੰਦੇ ਨੇ ਅਤੇ ਪਛਤਾਵਾ ਵੀ ਨਹੀਂ ਕਰਦੇ ਦੋਸਤੋ ਇਹਨਾਂ ਕਾਮਯਾਬ ਅਰਬਪਤੀ ਲੋਕਾਂ ਦੀ ਤੀਸਰੀ ਆਦਤ ਹੁੰਦੀ ਹੈ ਦੇ ਆਲ ਆਰ ਲਾਈਫ ਲਰਨਰ ਇਹ ਲੋਕ ਸਦਾ ਜ਼ਿੰਦਗੀ 'ਚ ਕੁਝ ਨਾ ਕੁਝ ਨਵਾਂ ਸਿੱਖਦੇ ਰਹਿੰਦੇ ਨੇ ਡਾਕਟਰ APJ ਅਬਦੁਲ ਕਲਾਮ ਬਿਲ ਗੇਟਸ ਮਾਰਕ ਜ਼ਕਰਬਰਗ ਓਪਰਾ ਵਿਨਫ੍ਰੇ ਐਲਨ ਮਸਕ ਇਹ ਸਭ ਲਾਈਫ ਟਾਈਮ ਲਰਨਰ ਨੇ ਇਹ ਉਹ ਲੋਕ ਹਨ ਜੋ ਸਾਰੀ ਜ਼ਿੰਦਗੀ 'ਚ ਨਵਾਂ ਸਿੱਖਣ ਦੀ ਸੋਚ ਰੱਖਦੇ ਨੇ ਜਿਹੜਾ ਇਨਸਾਨ ਕੁਝ ਨਵਾਂ ਸਿੱਖਦਾ ਨਹੀਂ ਇਹ ਉਸ ਦੀ ਤੁਲਨਾ ਜ਼ਿੰਦਾ ਲਾਸ਼ ਨਾਲ ਕਰਦੇ ਹਨ ਬਿਲ ਗੇਟਸ ਹਰ ਹਫ਼ਤੇ ਨਵੀਂ ਕਿਤਾਬ ਪੜ੍ਹਦੇ ਨੇ ਵਾਰਨ ਬਫੇਟ ਹਰ ਰੋਜ਼ 5 ਘੰਟੇ ਕਿਤਾਬ ਪੜ੍ਹਦੇ ਨੇ ਜਦੋਂ ਕਿ ਬਿਲ ਗੇਟਸ ਦੀ ਉਮਰ 65 ਸਾਲ ਦੀ ਹੈ ਅਤੇ ਵਾਰਨ ਬਫੇਟ ਦੀ ਉਮਰ 90 ਸਾਲ ਇਸ ਉਮਰ ਦੇ ਵਿੱਚ ਵੀ ਇਹਨਾਂ ਨੇ ਸਿੱਖਣਾ ਨਹੀਂ ਛੱਡਿਆ ਡਾਕਟਰ APJ ਅਬਦੁਲ ਕਲਾਮ ਤਾਂ ਕਹਿੰਦੇ ਹੀ ਸੀ ਕਿ ਲਰਨਿੰਗ ਗਿਵਸ ਯੂ ਕ੍ਰੀਏਟੀਵਿਟੀ ਜਿੰਨਾ ਜ਼ਿਆਦਾ ਤੁਸੀਂ ਸਿੱਖਦੇ ਹੋ ਉਨੀ ਜ਼ਿਆਦਾ ਤੁਹਾਡੀ ਕ੍ਰੀਏਟੀਵਿਟੀ ਜਾਣੀ ਕਿ ਤੁਹਾਡੀ ਕਲਪਨਾ ਸ਼ਕਤੀ ਵੱਧਦੀ ਹੈ ਤੁਹਾਡੀ ਪ੍ਰੋਡਕਟੀਵਿਟੀ ਮਤਲਬ ਉਤਪਾਦਨ ਸ਼ਕਤੀ ਵੱਧਦੀ ਹੈ ਕੁਛ ਵੀ ਹੋ ਜਾਵੇ ਕਦੇ ਵੀ ਸਿੱਖਣਾ ਬੰਦ ਨਾ ਕਰੋ ਕਿਉਂਕਿ ਅਗਰ ਤੁਸੀਂ ਕੁਝ ਨਾ ਕੁਝ ਨਵਾਂ ਸਿੱਖਦੇ ਰਹਿੰਦੇ ਹੋ ਤਾਂ ਤੁਹਾਡੇ 'ਚ ਤਾਜ਼ਗੀ ਬਣੀ ਰਹਿੰਦੀ ਹੈ ਅਤੇ ਸੋਹਣੀ ਜ਼ਿੰਦਗੀ ਲਈ ਤੁਹਾਡੇ ਮਨ ਅਤੇ ਦਿਮਾਗ ਦਾ ਤਰੋ ਤਾਜ਼ਾ ਰਹਿਣਾ ਬਹੁਤ ਜ਼ਰੂਰੀ ਹੈ ਦੋਸਤੋ ਅੱਜ ਦੀ ਵੀਡੀਓ ਦੀ ਆਖਰੀ ਅਤੇ ਚੌਥੀ ਆਦਤ ਹੈ ਸੈਲਫ ਟੌਕ ਜੋ ਇਹਨਾਂ ਲੋਕਾਂ ਨੂੰ ਆਮ ਲੋਕਾਂ 'ਚੋਂ ਕੱਢ ਕੇ ਖਾਸ ਲੋਕਾਂ 'ਚ ਲੈ ਜਾਂਦੀ ਹੈ ਇਸ ਆਦਤ ਸੈਲਫ ਟੌਕ ਦਾ ਮਤਲਬ ਖੁਦ ਨਾਲ ਗੱਲ ਕਰਨੀ ਖੁਦ ਬਾਰੇ ਜਾਣਨਾ ਦੋਸਤੋ ਚਾਹੇ 5 ਮਿੰਟ ਹੀ ਸਹੀ ਆਪਣੇ ਆਪ ਨਾਲ ਗੱਲ ਕਰੋ ਅਤੇ ਖੁਦ ਨੂੰ ਪੁੱਛੋ ਕਿ ਮੇਰੀ ਜ਼ਿੰਦਗੀ 'ਚ ਚੱਲ ਕੀ ਰਿਹਾ ਹੈ ਅੱਜ ਕੱਲ੍ਹ ਜੋ ਚੱਲ ਰਿਹਾ ਹੈ ਕੀ ਉਹ ਸਹੀ ਹੈ ਕੀ ਉਹ ਉਸੇ ਪ੍ਰਕਾਰ ਹੈ ਜਿਸ ਤਰ੍ਹਾਂ ਮੈਂ ਚਾਹੁੰਦਾ ਹਾਂ ਅੱਜ ਦੇ ਸਮੇਂ ਸਾਨੂੰ ਇਹ ਤਾਂ ਪਤਾ ਹੈ ਕਿ ਸਿੱਧੂ ਮੂਸੇਵਾਲੇ ਦੀ ਜ਼ਿੰਦਗੀ 'ਚ ਕੀ ਚੱਲ ਰਿਹਾ ਹੈ ਦੀਪਿਕਾ ਪਾਦੂਕੋਨ ਨੂੰ ਕੀ ਪਸੰਦ ਹੈ ਪਰ ਸਾਨੂੰ ਖੁਦ ਬਾਰੇ ਸਾਰੀ ਜਾਣਕਾਰੀ ਨਹੀਂ ਹੁੰਦੀ ਖੁਦ ਨੂੰ ਹੋਰ ਬਿਹਤਰੀ ਨਾਲ ਸਮਝਣ ਅਤੇ ਜਾਣਨ ਲਈ ਖੁਦ ਨਾਲ ਰੋਜ਼ ਕੁਛ ਸਮਾਂ ਜ਼ਰੂਰ ਬਿਤਾਓ ਖੁਦ ਨੂੰ ਸਵਾਲ ਕਰੋ ਅਤੇ ਫਿਰ ਆਪਣੇ ਅੰਦਰੋਂ ਹੀ ਉਹਨਾਂ ਦੇ ਜਵਾਬ ਤਲਾਸ਼ ਕਰੋ ਜਦੋਂ ਤੁਸੀਂ ਆਪਣੇ ਆਪ ਨਾਲ ਗੱਲਾਂ ਕਰੋਗੇ ਇਕੱਲੇ ਖੁਦ ਨਾਲ ਕੁਝ ਸਮਾਂ ਬਿਤਾਓਗੇ ਤਾਂ ਤੁਸੀਂ ਖੁਦ ਬਾਰੇ ਜ਼ਿਆਦਾ ਜਾਣਨ ਲੱਗੋਗੇ ਤੁਹਾਨੂੰ ਪਤਾ ਲੱਗੇਗਾ ਕਿ ਤੁਹਾਡਾ ਮਨ ਕਦੋਂ ਅਤੇ ਕਿਵੇਂ ਕੰਮ ਕਰਦਾ ਹੈ ਜਿੰਨਾ ਬਿਹਤਰੀ ਨਾਲ ਤੁਸੀਂ ਖੁਦ ਨੂੰ ਸਮਝ ਜਾਵੋਗੇ ਉਤਨੀ ਹੀ ਆਸਾਨੀ ਨਾਲ ਤੁਸੀਂ ਆਪਣੇ ਮਕਸਦ ਨੂੰ ਪ੍ਰਾਪਤ ਕਰਨ ਲਈ ਆਪਣੇ ਆਪ ਨੂੰ ਅਤੇ ਆਪਣੇ ਮਨ ਨੂੰ
काबू च रख सकोगे। ये जिन्हें भी कामयाब लोग ने यह रोजाना कुछ समा अपने आप नाल जरूर बिताते ने ते अपने आप नू ऑब्जर्व करते रहते ने। इसलिए दोस्तों अज तो थोड़ा समा अपने आप लई भी जरूर कढ़ो ते कुछ समा अपने आप नाल गल्लां भी जरूर करो। चलो दोस्तों अखीर ते फिर चारे आदतों नू एक बार फिर समराइज कर लेंदे हाँ। पहली आदत है डू मोर टॉक लैस, ज़्यादा करो पर घट बोलो। दूसरी आदत दे यूज देयर टाइम प्रॉपरली, कामयाब लोग अपने समय का सदा सदउपयोग करते हैं, वो कदे भी समय को बर्बाद नहीं करते। तीसरी आदत दे आर लाइफ टाइम लर्नरस, कामयाब लोग कदे भी सीखना बंद नहीं करते, कामयाब लोग सारी उम्र कुछ ना कुछ नवा सीखते रहते हैं। चौथी आदत सैल्फ टॉक, अपने आप लई कुछ ना कुछ समा जरूर कढ़ो ते अपने आप नाल गल्लां करो, अपने आप नू जाणो। दोस्तों अगर इस वीडियो नू देखण दे बाद तुहानू कुछ चंगा महसूस होया तां वीडियो नू लाइक जरूर करियो, अगे शेयर जरूर करियो, कमेंट च अपने सुझाव लिख सकदे हो। ते अगर तुसीं अपने इस चैनल कलम पंजाबी नू हुण तक सबसक्राइब नहीं करिया तां हुणे ही इस चैनल नू सबसक्राइब करके अगे बनी हुई घंटी जरूर दबा देवो ताकि अगली वधिया संदेश वाली वीडियो तुहाडे तक अपने आप पहुँच जाए। दोस्तों अज अपने दोस्त जगमीत सिंह हठूर नू दिओ इजाजत, बहुत जल्द फिर मिलांगे किसी नवी वीडियो दे नाल। तद तक लई अलविदा, सत श्री अकाल।